ਥਾਪੀ ਨਾ ਮਰਵਾਇਆ ਕਰੋ, ਫੁੜਕ ਮੁੜ ਘੁੱਟਦੇ ਆ ਰਾਤ ਨੂੰ ਉਹ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ੍ਹ 23 ਅਗਸਤ ਨੂੰ ਕਰਵਾਇਆ ਗਿਆ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਗੱਲ ਕਰਦੇ ਹਾਂ ਪੱਟੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਫਰੰਦੀਪੁਰ ਅਤੇ ਚੋਹਲਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ। ਵੈਸਟ ਰੇਡਰ ਅਤੇ ਜਾਪੀ ਦੇ ਲਈ 41,000 ਰੁਪਏ ਦਿੱਤੇ ਗਏ ਸਨ, ਅਤੇ ਫਰੰਦੀਪੁਰ ਦੀ ਟੀਮ ਫਸਟ ਅਤੇ ਚੋਹਲਾ ਸਾਹਿਬ ਦੀ ਟੀਮ ਸੈਕਿੰਡ ਰਹੀ। ਅਤੇ ਹੁਣ ਗੱਲ ਕਰਦੇ ਹਾਂ ਵੈਸਟ ਰੇਡਰ ਅਤੇ ਜਾਫੀ ਦੀ। ਇੱਥੋਂ ਵੈਸਟ ਰੇਡਰ ਬਣੇਗਾ ਮੱਖਣ ਮੱਖੀ, 16 ਕਬੱਡੀਆਂ ਪਾ ਕੇ 15 ਨੰਬਰ ਲਏ ਤੇ ਵੈਸਟ ਜਾਫੀ ਬਣੇਗਾ ਗੁਰਵਿੰਦਰ ਘਾਂਗੇ ਵਾਲਾ, 9 ਟੱਚ ਲੈ ਕੇ 4 ਜੱਫੇ ਲਾਏ। ਅਤੇ ਹਾਂਜੀ, ਇਹ ਸੀ ਵੀਡੀਓ ਕੱਲ੍ਹ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ, ਅਤੇ ਨਾਲ ਹੀ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਅਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।